ਸਾਰਿਆਂ ਨੂੰ ਭੇਜ ਦਿਓ ਤੇ ਮੇਰਾ ਆਖਰੀ ਜਵਾਬ ਆ ਸਾਰਿਆਂ ਲਈ ਅੱਜ ਤੋਂ ਬਾਅਦ ਕਦੇ ਵੀ ਮੈਂ ਕਿਸੇ ਬਾਰੇ ਬੋਲੂਗਾ ਨੀ ਬਾਈ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਜੀ ਵੀ ਸਾਲਾ ਹਰੇਕ ਦਾ ਨੀ ਗੁੱਚੀ ਦਾ ਜਵਾਬ ਸੀ ਜੀ ਅਖੀਰੀ ਗੱਲ ਕਹਿਣ ਲੱਗੇ ਮੇਰੇ ਕਿਸੇ ਤੋਂ ਨਫ਼ਰਤ ਨੀ ਮੇਰੇ ਵੱਲੋਂ ਸਾਰੇ ਪਿਆਰ ਕਰੋ ਮੇਰੇ ਜਮ ਜਮ ਤਰੱਕੀਆਂ ਕਰੋ ਪਰ ਪੰਗੇ ਨਾ ਲਓ ਬਸ ਆਪਣਾ ਕਰੋ ਤੇ ਮੈਂ ਆਪਦਾ ਕਰੀ ਜਾਂਦਾ ਬਾਈ ਤੁਸੀਂ ਇੱਕ ਗੱਲ ਦੇਖੋ ਹਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਆਪਾਂ ਨੂੰ ਸਪੋਰਟ ਕਰਦੇ ਤੇ ਸਾਰੇ ਆਪਦੇ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ ਕੱਲ ਕਿਸੇ ਨੇ ਮੇਰਾ ਲਾਈਵ ਦੇਖਿਆ ਹੋਵੇ ਰਣਵੀਰ ਸਿੰਘ ਭਰਾ ਆਪਣਾ ਮੈਸੇਜ ਕਰਿਆ ਵੀ ਬਾਈ ਬਹੁਤ ਘੈਂਟ ਹੈ ਤੇ ਸਾਡੇ ਬੰਦੇ ਸਾਲੇ ਇਹ ਜੀ ਐ ਕਰਦਾ ਥਾਪੀ ਮਾਰਦਾ ਵੀ ਥੱਪੜ ਤਾਂ ਨੀ ਮਾਰਿਆ ਸਾਡੇ ਥਾਪੀ ਵੀ ਮਾਰੀ ਹੈ ਤੁਸੀਂ ਤੁਹਾਨੂੰ ਜਦੋਂ ਪ੍ਰਮਾਤਮਾ ਨੇ ਰੋਟੀ ਦਿੱਤੀ ਤੁਸੀਂ ਵਧੀਆ ਪੈਸੇ ਕਮਾਏ ਆ ਹੁਣ ਜੇ ਅਸੀਂ ਕਮਾਉਂਦੇ ਸਾਡੇ ਤੋਂ ਕਾਹਨੂੰ ਮੱਝਦੇ ਹੋ ਅੱਜ ਮੈਨੂੰ ਬੜੇ ਬੰਦੇ ਨੇ ਕਿਹਾ ਬਾਈ ਤੂੰ ਬੋਲਦਾ ਨੀ ਬਾਈ ਅਖੀਰੀ ਗੱਲ ਕਰਨ ਲੱਗਿਆ ਅੱਜ ਸੁਣ ਲਓ ਸਾਰਿਆਂ ਨੂੰ ਕਹਿਣਾ ਮੇਰੇ ਕਿਸੇ ਨਾਲ ਨਫ਼ਰਤ ਨੀ ਕਿਸੇ ਨੂੰ ਕੋਈ ਰਿਪਲਾਈ ਨੀ ਅੱਜ ਤੋਂ ਬਾਅਦ ਆਹ ਲਾਸਟ ਗੱਲ ਹੈ ਸੁਣਾਉਣ ਲੱਗਿਆ ਆਹ ਦੋ ਕੁ ਦਿਨ ਪਹਿਲਾਂ ਦੀ ਆਹ ਦੋ ਕੁ ਮਹੀਨੇ ਪਹਿਲਾਂ ਦੀ ਸਿਚੁਏਸ਼ਨ ਆ ਸੁਣਾਉਣ ਲੱਗਿਆ ਕਹਿੰਦਾ ਦੋ ਵਕਤਾਂ ਦੀ ਰੋਟੀ ਦਾਦਾ ਦਿੱਤੀ ਵਧੀਆ ਪਤਾ ਨੀ ਕਿਉਂ ਮੇਰੇ ਸਾਲੇ ਵਾਦ ਪੈਂਦੇ ਨੇ ਉਹ ਜਦੋਂ ਕੋਈ ਆਪਣਾ ਨੀ ਗੀਤ ਚੱਲਦਾ ਉਹ ਫਿਰ ਜੀਜੇ ਆਪਦੇ ਦਾ ਵਿੱਚ ਨਾਮ ਲੈਂਦੇ ਨੇ ਵੇਲਾ ਨੀ ਜਵਾਬ ਦੇ ਮਾਂ ਹਰ ਗੱਲ ਦਾ ਵੇਲਾ ਨੀ ਜਵਾਬ ਦੇ ਮਾਂ ਹਰ ਗੱਲ ਦਾ ਮਿੰਟ ਦਾ ਨੀ ਟਾਈਮ ਗੱਲ ਸੱਚ ਕਹਿੰਦਾ ਆ ਫ੍ਰੀ ਵਿੱਚ ਭਾਲਦੇ ਹੋ ਫੇਮਸ ਵਾਲੇ ਹੋ ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਦਿੰਦਾ ਆ ਸਾਡੇ ਖਿਲਾਫ਼ ਸਾਜ਼ਿਸ਼ਾਂ ਕਰਨ ਨੂੰ ਇਕੱਠੇ ਹੋਏ ਫਿਰਦੇ ਸਾਨੂੰ ਕੀ ਪਰਵਾਹ ਸਾਡਾ ਰੱਬ ਹੈਗਾ ਰੱਬ ਨਾਲ ਰੁੱਸੇ ਹੋਰ ਜਿਹੜਾ ਮਰਜ਼ੀ ਆ ਜੀ ਮੈਂ ਸੁਣਿਆ ਵਿਆਹ ਦੇ ਉੱਤੇ ਇਕੱਠੇ ਹੋਏ ਸੀ ਮੈਂ ਸੁਣਿਆ ਵਿਆਹ ਦੇ ਉੱਤੇ ਇਕੱਠੇ ਹੋਏ ਸੀ ਉਹ ਵੇਟਰਾਂ ਨੇ ਰਲ ਕੇ ਸਲਾਹ ਕੀਤੀ ਆ ਕਹਿੰਦੇ ਵਾਰੀ ਵਾਰੀ ਸਿੱਧੂ ਨੂੰ ਮੈਂ ਬੋਲਣਾ ਹੋਏ ਉਹ ਹਿੱਟ ਜੀ ਦੀ ਉਹਨੇ ਲਾ ਪਾ ਕੀਤੀ ਆ ਮਿਹਨਤਾਂ ਦਾ ਖੜਾ ਕੀਤਾ ਮਹਿਲ ਬੱਲਿਆ ਮਿਹਨਤਾਂ ਦਾ ਖੜਾ ਕੀਤਾ ਮਹਿਲ ਬੱਲਿਆ ਆ ਹਵਾ ਦੇ ਆ ਬੁੱਲਿਆ ਤੂੰ ਕਿੱਥੇ ਢਹਿਦਾ ਆ ਹੁਣ ਨਹੀਂ ਉਹ ਪੁੱਤਰ ਭਲਾਈ ਮਿਲਨੇ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਪੈਸੇ ਹੁਣ ਨਹੀਂ ਉਹ ਪੁੱਤਰ ਭਲਾਈ ਮਿਲਨੇ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਆਨਲਾਈਨ ਬੋਲਦੇ ਨੇ ਕਿਸੇ ਦਾ ਬਾਈ ਇੱਕ ਗੱਲ ਤੁਹਾਨੂੰ ਦੱਸਾਂ ਕਿਸੇ ਦਾ ਕਿਸੇ ਨਾਲ ਕੋਈ ਵੈਰ ਨਹੀਂ ਸਾਰੇ ਸਾਰੇ ਆਨਲਾਈਨ ਗੇਮਾਂ ਖੇਡਣ ਨੂੰ ਫਿਰਦੇ ਆ ਵੀ ਉਹਨੂੰ ਬਾਲ ਕੱਟਾ ਸਾਊਥ ਪਾਉਂਦੇ ਤਾਂ ਹੋਣਗੇ ਹੀ ਉਹਨੂੰ ਕੱਟਾ ਹਜ਼ਾਰ ਕਿਤਾ ਹੋਊਗਾ ਹੀ ਆਨਲਾਈਨ ਤਾਂ ਹੀ ਬੋਲਣ ਹਟ ਗਏ ਬਾਈ ਇੱਕ ਵਾਰ ਬੋਲਣਾ ਵੀ ਅੱਜ ਲਾਸਟ ਗੱਲ ਸੀ ਆਨਲਾਈਨ ਥੋੜਾ ਜਾ ਸਿਆਣਾ ਹੋਇਆ ਆਫਲਾਈਨ ਮਿਲੂ ਜਮਾ ਝੱਲਾ ਮਿਲੂਗਾ ਜੇਲੇ ਹਸਪਤਾਲ ਤੁਸੀਂ ਇਕੱਠੇ ਹੋ ਜਾਓ ਸਾਰੇ ਉਹ ਜੱਟ ਦੀ ਜਵਾਨ ਜਮਾ ਕੱਲਾ ਮਿਲੂ ਕਹਿੰਦਾ ਮਿੱਠਿਆ ਗਰੁੱਪਾਂ ਵਿੱਚ ਭੇਟਾਂ ਹੁੰਦੀਆਂ ਮਿੱਠਿਆ ਗਰੁੱਪਾਂ ਵਿੱਚ ਭੇਟਾਂ ਹੁੰਦੀਆਂ ਸ਼ੇਰ ਦੀਆਂ ਅਣਖੀ ਦਾ ਕੱਲਾ ਰਹਿੰਦਾ ਆ ਉਹ ਫ੍ਰੀ ਵਿੱਚ ਭਾਲਦੇ ਹੋ ਫੇਮਸ ਵਾਲੇ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਸਾਰੇ ਐਡੇ ਐਡੇ ਕੁ ਹੁੰਦੇ ਆ ਧੌਣ ਮਰੋੜ ਦਿਆਂਗੇ ਉਹਦੀ ਦੱਸ ਢਾਈ ਢਾਈ ਫੁੱਟੇ ਸਾਰੇ ਘੈਂਟ ਬਣਦੇ ਆ ਢਾਈ ਢਾਈ ਫੁੱਟੇ ਸਾਰੇ ਘੈਂਟ ਬਣਦੇ ਆ ਕੰਮ ਜਿੰਨਾ ਦਾ ਆ ਬਸ ਛੋਣ ਤੱਕ ਹੋਏ ਉਹ ਕਹਿੰਦੇ ਤੇਰੀ ਢੌਣ ਉੱਤੇ ਗੋਟਾ ਧਰਨਾ ਹੋਏ ਤੁਹਾਡਾ ਹੱਥ ਪਹੁੰਚ ਜਾਊ ਮੇਰੀ ਢੌਣ ਤੱਕ ਉਹ ਫੇਰੇ ਹਿਸਾਬ ਨਾਲ ਗੱਲ ਕਰੀ ਦੀ ਆ ਜੋਰ ਦੇ ਹਿਸਾਬ ਨਾਲ ਗੱਲ ਕਰੀ ਦੀ ਨਾ ਮਾੜੀ ਚੰਗੀ ਗੱਲ ਇੱਥੇ ਕੋਈ ਸਹਿੰਦਾ ਆ ਉਹ ਖਰੀ ਵਿੱਚ ਭਾਲਦੇ ਹੋ ਫੇਮਸ ਆਏ ਹੋਏ ਜੱਟ ਬੇਇੱਜ਼ਤੀ ਕਰਨ ਦੇ ਅੱਜ ਕੱਲ ਮੈਨੂੰ ਬੜੇ ਕਹਿੰਦੇ ਬਾਈ ਮੈਂ ਤਾਂ ਸੁਧਰਿਆ ਚੰਗਾ ਮੈਂ ਤਾਂ ਸੁਧਰ ਗਿਆ ਤੇ ਮੈਂ ਸੁਧਰਿਆ ਹੀ ਰਹਿਣਾ ਚਾਹੁੰਦਾ ਬਾਈ ਮੈਨੂੰ ਕੋਈ ਨਾ ਛੱਡੋ ਮੈਂ ਆਪਦਾ ਕੰਮ ਕਰਦਾ ਤੇ ਮੈਂ ਆਪਦਾ ਕੰਮ ਨਿਕਲਿਆ ਤੇ ਆਪਣਾ ਕੰਮ ਹਿੱਟ ਵੀ ਆ ਗਾਣੇ ਦੱਸਦੇ ਆ ਫੇਰ ਪਿੱਛੇ ਕੰਮ ਨਾ ਕਰੋ
ਤੇ ਜਿਹੜੇ ਕਹਿੰਦੇ ਵੀ ਉਹ ਵਿਗੜ ਉਹ ਸੁਧਰ ਗਿਆ ਤੇ ਅਸੀਂ ਵਿਗੜ ਗਏ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਕਹਿੰਦਾ ਵਿਗੜੇ ਤਾਂ ਪੀਰ ਵੱਜੇ ਮੂਸੇ ਵਾਲਾ ਹੋਏ ਆ ਕਹਿੰਦਾ ਵਿਗੜਿਆ ਦਾ ਪੀਰ ਮੂਸੇ ਵਾਲਾ ਵੱਜਦਾ ਟੇਕ ਲੈ ਤੂੰ ਮੱਥਾ ਜੇ ਹਜੇ ਟੇਕਿਆ ਨੀ ਹੋਏ ਸਾਰੇ ਉਹ ਕੁੜਤਾ ਪੰਜਾਬ ਚ ਦਿਖਾਉਂਦੇ ਫਿਰਦੇ ਥੱਲੇ ਲਿਪੜਿਆ ਪਜਾਮਾ ਤੁਸੀਂ ਦੇਖ ਲੈ ਇੱਕ ਗੱਲ ਹੋਰ ਉਹ ਕਿਹੜਾ ਸ਼ਹਿਰ ਫਿਰਦੇ ਹੋ ਸਾਫ ਕਰਦੇ ਕਿਹੜਾ ਸ਼ਹਿਰ ਫਿਰਦੇ ਹੋ ਸਾਫ ਕਰਦੇ ਤੁਹਾਡਾ ਸੱਜਣਾ ਸ਼ਰੀਕ ਮੂਸੇ ਪਿੰਡ ਰਹਿੰਦਾ ਆ ਫ੍ਰੀ ਵਿੱਚ ਭਾਲਦੇ ਹੋ ਫੇਮਸ ਆਏ ਹੋਏ ਜੱਟ ਬੇਇੱਜ਼ਤੀ ਕਰਨ ਦੇ ਵੀ ਜੱਟ ਬੇਇੱਜ਼ਤੀ ਕਰਨ ਦੇ ਵੀ ਆ ਜਿਹੜੀਆਂ ਨੀ ਸੁਣੀ ਸਰ ਐਂਟਰੀਆਂ ਹੋਣੀਆਂ ਨਾ ਗੱਡੀਆਂ ਇਕੱਠੀਆਂ ਕਰਕੇ ਵੀਰੇ ਮੈਂ ਕਿਸੇ ਨੂੰ ਫੋਨ ਕਰਕੇ ਗੱਡੀ ਨੂੰ ਨਹੀਂ ਸੱਦਿਆ ਆਪਣੇ ਭਰਾ ਜਿਹਨਾਂ ਦਾ ਮੋਹ ਸੀ ਤਾਂ ਆਏ ਸੀ ਮੈਂ ਪਿੰਡ ਵਾਲਿਆਂ ਨੂੰ ਪੈਸੇ ਦੇ ਕੇ ਨੀ ਖੜੇ ਕੀਤੇ ਸੀ ਵੀ ਤੁਸੀਂ ਮੇਰੇ ਲਈ ਵੋਟ ਦੇ ਖੜੋ ਜਿਹਨਾਂ ਦਾ ਪਿਆਰ ਹੈ ਜੇ ਮੈਨੂੰ ਪਿਆਰ ਕਰਦੇ ਆ ਉਹ ਤਾਂ ਖੜੇ ਸੀ ਕਹਿੰਦਾ ਆ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ 2017 ਚ ਕੰਮ ਕਰ ਛੱਡਿਆ ਕਹਿੰਦਾ ਐਂਟਰੀਆਂ ਕਰ ਛੱਡੀਆਂ 17 ਵਿੱਚ ਹੋਏ ਸਾਰੇ ਸਾਰੇ ਗੋਡੀ ਹੱਥ ਲਾ ਕੇ ਗਏ ਨੇ ਕਹਿੰਦਾ ਆ ਜਿਹੜੇ ਨਾਲ ਲੈ ਕੇ ਹੋਏ ਤੂੰ ਹੁਣ ਘੁੰਮਦਾ ਪਹਿਲਾਂ ਮਿੱਤਰਾਂ ਨਾਲ ਫੋਟੋਆਂ ਖਿਚਾ ਕੇ ਗਏ ਨੇ ਕਹਿੰਦਾ ਗੱਡੀਆਂ ਨੂੰ ਦੇਖ ਲਈ ਇੱਕ ਰੁੱਪ ਬਦਲੇ ਆਓ ਗੱਡੀਆਂ ਨੂੰ ਦੇਖ ਲਈ ਇੱਕ ਰੁੱਪ ਬਦਲੇ ਸਿੱਧੂ ਖੜੇ ਜਿਨ੍ਹਾਂ ਨਾਲ ਉਹਨਾਂ ਨਾਲ ਬਹਿੰਦਾ ਆ ਉਹ ਭੁੱਲ ਜਾਵੇ ਸੌਖਾ ਰੱਬ ਲਾ ਉਹ ਹੀ ਮਿਲਦਾ ਜੱਟ ਬੇਇੱਜ਼ਤੀ ਕਰਨ ਦੇ ਵੀ ਲਾਸਟ ਗੱਲ ਵੀਰੇ ਲਾਸਟ ਗੱਲ ਸਾਰਿਆਂ ਨੂੰ ਬੇਨਤੀ ਕੋਈ ਗੱਲ ਕਰਦਾ ਸਾਰੇ ਸਾਰੇ ਇੰਡਸਟਰੀ ਨੂੰ ਸਾਰਿਆਂ ਨੂੰ ਕੋਈ ਬੇਨਤੀ ਕਰਦਾ ਉਹ ਦੂਰ ਰਹਿਣਾ ਚਾਹੁੰਦਾ ਆ ਸਟੰਟਬਾਜ਼ੀ ਤੋਂ ਦੂਰ ਰਹਿਣਾ ਚਾਹੁੰਦਾ ਆ ਸਟੰਟਬਾਜ਼ੀ ਤੋਂ ਕਰਨੇ ਨੀ ਚਾਹੁੰਦਾ ਖੜੇ ਮੁੱਦੇ ਭਖਦੇ ਉਹ ਤੇਰੇ ਜਿਹੇ ਟੈਂਪੂ ਲੱਗ ਜ਼ੋਰ ਲਾ ਲੈਣਾ ਉਹ ਤੇਰੇ ਛੋਟੇ ਜਿਹੇ ਟੈਂਪੂ ਲੱਗ ਜ਼ੋਰ ਲਾ ਲੈਣਾ ਉਹ ਕਦੇ ਨਾ ਜਗਿਆਰਾਂ ਨੂੰ ਨੀ ਖਿੱਚ ਸਕਦੇ ਹੱਥ ਜੋੜ ਮੰਗਦਾ ਆ ਭਲਾ ਸਭ ਦਾ ਪਰਮਾਤਮਾ ਕਰੇ ਸਾਰਿਆਂ ਨੂੰ ਤਰੱਕੀ ਦੇਵੇ ਹੱਥ ਜੋੜ ਮੰਗਦਾ ਆ ਭਲਾ ਸਭ ਦਾ ਪਰ ਪੱਟ ਲੈਂਦਾ ਜਦੋਂ ਜਿਹੜਾ ਨਾਲ ਖੈਂਦਾ ਆ ਭੁੱਲ ਜੋਏ ਹੁਣ ਰਪਲਾਈ ਮਿਲੂਗਾ ਜੱਟ ਬੇਇੱਜ਼ਤੀ ਕਰਨ ਦੇ ਵੀ ਆ ਜਿਹੜੇ ਸੁਧਰੇ ਵਿਗੜੇ ਵਾਲੀ ਗੱਲ ਕਰਦੇ ਨੇ ਇੱਕੋ ਹੀ ਗੱਲ